ਅੱਜ ਤੁਸੀਂ ਸਵਾਲ ਪੁੱਛਿਆ ਸੀ ਕਿ ਅਕਾਲ ਤਖ਼ਤ ਕਦੋਂ ਕਾਇਮ ਕੀਤਾ ਗਿਆ, ਸਥਾਪਿਤ ਕੀਤਾ ਗਿਆ। ਪਹਿਲੀ ਗੱਲ ਤਾਂ ਇਹ ਸਪਸ਼ਟ ਕਰਨੀ ਬੜੀ ਜ਼ਰੂਰੀ ਹੈ ਕਿ ਅਕਾਲ ਤਖ਼ਤ ਸਥਾਪਿਤ ਨਹੀਂ ਕੀਤਾ ਗਿਆ, ਸਿਰਜਣਾ ਨਹੀਂ ਕੀਤੀ ਗਈ, ਕਾਇਮ ਨਹੀਂ ਕੀਤਾ ਗਿਆ। ਅਕਾਲ ਤਖ਼ਤ ਤਾਂ ਅਕਾਲ ਪੁਰਖ ਦਾ ਤਖ਼ਤ ਹੈ। ਅਕਾਲ ਪੁਰਖ ਦੇ ਤਖ਼ਤ ਨੂੰ ਕੋਈ ਬਣਾ ਨਹੀਂ ਸਕਦਾ, ਕਾਇਮ ਨਹੀਂ ਕਰ ਸਕਦਾ, ਸਥਾਪਿਤ ਨਹੀਂ ਕਰ ਸਕਦਾ। ਉਹ ਤਾਂ ਆਪਣੇ ਆਪ 'ਚ ਸਥਾਪਿਤ ਹੈ। ਜੇ ਅਕਾਲ ਪੁਰਖ ਸਥਾਪਿਤ ਹੈ, ਸਵੈਭੂ ਹੈ, ਸੈਭੰ ਹੈ, ਤਾਂ ਉਸਨੂੰ ਕੋਈ ਕਾਇਮ ਨਹੀਂ ਕਰ ਸਕਦਾ, ਤਾਂ ਆਪਣੇ ਆਪ 'ਚ ਹੀ ਕਾਇਮ ਹੈ। ਅਤੇ ਉਹਦਾ ਤਖ਼ਤ, ਅਤੇ ਕਿਉਂਕਿ ਅਕਾਲ ਪੁਰਖ ਜਿਹੜਾ ਹੈ ਉਹ ਕੋਈ ਬੀਂਗ ਨਹੀਂ ਹੈ, ਜਿਸ ਤਰ੍ਹਾਂ ਅਸੀਂ ਆਮ ਹਿਊਮਨ ਬੀਂਗ ਦੇ ਹਿਸਾਬ ਨਾਲ ਜਾਂ ਹੋਰ ਵੀ ਕਿਸੇ ਜਿਹੜੀ ਵਜੂਦ ਇਸ ਤਰ੍ਹਾਂ ਦਾ ਗਿਣਦੇ ਹਾਂ, ਉਹ ਇੱਕ ਸਿਧਾਂਤ ਹੈ। ਅਕਾਲ ਪੁਰਖ ਇੱਕ ਸਪਿਰਿਟ ਹੈ, ਅਕਾਲ ਪੁਰਖ ਇੱਕ ਜਿਹੜੀ ਹੈ ਉਹ ਐਸੀ ਹਸਤੀ ਹੈ ਜਿਸ ਨੂੰ ਤੁਸੀਂ ਗੁਣਾਂ ਦੇ ਨਾਲ, ਜਿਹਨੂੰ ਤੁਸੀਂ ਤੱਤਾਂ ਦੇ ਨਾਲ ਜਿਹੜਾ ਉਹ ਬਿਆਨ ਨਹੀਂ ਕਰ ਸਕਦੇ। ਉਸ ਦੀਆਂ ਕੋਈ ਉਹ ਨਿਰੰਕਾਰ ਹੈ। ਸਿੱਖ ਸਿਧਾਂਤਾਂ ਵਿੱਚ ਅਕਾਲ ਪੁਰਖ ਨਿਰੰਕਾਰ ਹੈ, ਅਤੇ ਨਿਰੰਕਾਰ ਦਾ ਤਖ਼ਤ ਜਿਹੜਾ ਹੈ ਉਹ ਸਾਡੇ ਰੂਹਾਂ ਵਿੱਚ ਹੈ, ਸਾਡੇ ਦਿਮਾਗ ਵਿੱਚ ਹੈ, ਸਾਡੀ ਸੋਚ ਵਿੱਚ ਹੈ। ਕੋਈ ਇਸ ਕਿਸੇ ਇੱਕ ਜਗ੍ਹਾ 'ਤੇ ਨਹੀਂ ਹੈ, ਫਿਜ਼ੀਕਲ ਜਗ੍ਹਾ 'ਤੇ ਨਹੀਂ ਹੈ। ਜਿਸ ਤਰ੍ਹਾਂ ਅਕਾਲ ਪੁਰਖ ਇੱਕ ਫਿਜ਼ੀਕਲ ਚੀਜ਼ ਨਹੀਂ ਹੈ, ਇਸੇ ਤਰ੍ਹਾਂ ਹੀ ਉਹਦਾ ਤਖ਼ਤ ਵੀ ਫਿਜ਼ੀਕਲ ਚੀਜ਼ ਨਹੀਂ ਹੈ, ਇੱਕ ਸਿਧਾਂਤ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਸਿਧਾਂਤ ਇਸ ਕਰਕੇ ਦਿੱਤਾ ਸੀ ਕਿ ਤਾਂ ਜੋ ਅਸੀਂ ਸਿਰਫ ਅਕਾਲ ਪੁਰਖ ਨੂੰ ਹੀ ਆਪਣਾ ਜਿਹੜਾ ਹੈ ਬਾਦਸ਼ਾਹ ਮੰਨੀਏ, ਉਹੀ ਸੁਪਰੀਮ ਹੈ, ਉਹਦੀ ਅਸੀਂ ਸਾਰੀ ਵਿਆਹਾਂ, ਸਾਰੀ ਦੁਨੀਆ ਦੇ ਅਸੀਂ ਫਾਦਰਹੁੱਡ ਆਫ ਗੋਡ ਅਤੇ ਬ੍ਰਦਰ ਆਫ ਮੈਨ ਦਾ ਮਤਲਬ ਇਹ ਹੈ ਕਿ ਏਕ ਪਿਤਾ ਏਕ ਸਖੇ ਹਮ ਬਾਰਕ, ਅਤੇ ਇੱਕੋ ਦਾ ਹੀ ਅਸੀਂ ਜਿਹੜਾ ਆਪਣੇ ਆਪ ਨੂੰ ਉਹਦੀ ਰਿਆਇਆ, ਉਹਦੇ ਬੱਚੇ ਬਣਦੇ ਹਾਂ। ਸਾਰੀ ਦੁਨੀਆ ਇੱਕ ਹੈ, ਔਰ ਸਾਰੀ ਦੁਨੀਆ 'ਤੇ ਸੁਪਰੀਮ ਅਸੀਂ ਸਭ ਤੋਂ ਉੱਚ ਸਰਵਉੱਚਤਾ ਜਿਹੜੀ ਹੈ ਉਹ ਵੀ ਅਕਾਲ ਪੁਰਖ ਦੀ ਹੈ। ਇਹ ਸਿਧਾਂਤ ਹੈ ਵੀ ਅਸੀਂ ਕਿਸੇ ਦੇ ਦੁਬੇਲ ਨਹੀਂ ਹਾਂ, ਅਸੀਂ ਆਜ਼ਾਦ ਹਾਂ, ਖੁਦ ਮੁਖਤਿਆਰ ਹਾਂ, ਰੂਹਾਨੀ ਤੌਰ 'ਤੇ ਵੀ ਅਤੇ ਸਿਆਸੀ ਤੌਰ 'ਤੇ ਵੀ ਹੈ। ਇਹਦਾ ਮਤਲਬ ਇਹ ਨਹੀਂ ਕਿ ਵੀ ਅਸੀਂ ਕਿਸੇ ਮੁਲਕ 'ਚ ਰਹਿਣ 'ਤੇ ਕਾਨੂੰਨ ਨਹੀਂ ਮੰਨਣਾ। ਇਹਦਾ ਮਤਲਬ ਇਹ ਹੈ ਕਿ ਸਾਡੀ ਸੋਚ ਜਿਹੜੀ ਹੈ ਉਹ ਸਿੱਧੀ ਅਕਾਲ ਪੁਰਖ ਨਾਲ ਜੁੜੀ ਹੋਈ ਹੈ, ਸਾਡੀ ਲਿਵ ਉਹਦੇ ਨਾਲ ਜੁੜੀ ਹੈ। ਇਹਦੇ ਵਿਚਕਾਰ ਵਿੱਚ ਉਹਦਾ ਦਲਾਲ, ਏਜੰਟ ਜਾਂ ਇਹਦਾ ਨੁਮਾਇੰਦਾ ਨਹੀਂ ਹੈ, ਇਹ ਸੀ ਸਿਧਾਂਤ। ਫਿਰ ਗੱਲ ਕੀਤੀ ਜਾਂਦੀ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਕੀ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਥੜਾ ਬਣਾਇਆ ਸੀ ਦਰਬਾਰ ਸਾਹਿਬ ਦੇ ਸਾਹਮਣੇ, ਜਿੱਥੇ ਬੈਠ ਕੇ ਉਹ ਦੀਵਾਨ ਸਜਾਇਆ ਕਰਦੇ ਸਨ, ਢਾਡੀ ਕੀਰਤਨ ਢਾਡੀ ਜਿਹੜੇ ਉਹ ਆਪਣਾ ਢੱਡ ਸੰਗੀ ਦੇ ਨਾਲ ਆਪਣੇ ਵਾਰਾਂ ਪੜਿਆ ਕਰਦੇ ਸਨ ਜਾਂ ਸ਼ਬਦ ਵੀ ਪੜਿਆ ਕਰਦੇ ਸਨ ਜਾਂ ਕੋਈ ਕਥਾ ਹੋਇਆ ਕਰਦੀ ਸੀ ਉੱਥੇ ਬੈਠ ਕੇ। ਔਰ ਉਸਨੂੰ ਜਿਹੜਾ ਆਮ ਬੋਲੀ 'ਚ ਜਿੱਦਾਂ ਕਹਿੰਦੇ ਵੀ ਇਹ ਤਾਂ ਅਕਾਲ ਪੁਰਖ ਦਾ ਤਖ਼ਤ ਹੈ, ਜਦੋਂ ਉਹਨਾਂ ਨੇ ਅਕਾਲ ਤਖ਼ਤ ਦਾ ਸਿਧਾਂਤ ਦੀ ਗੱਲ ਕੀਤੀ ਤਾਂ ਉਹ ਥੜੇ ਨੂੰ ਅਕਾਲ ਤਖ਼ਤ ਕਹਿਣ ਲੱਗ ਪਏ, ਹਾਲਾਂਕਿ ਉਹ ਅਕਾਲ ਤਖ਼ਤ ਨਹੀਂ ਸੀ। ਜਿਹੜੀ ਹੁਣ ਪਿੱਛੇ ਤੁਹਾਨੂੰ ਇਮਾਰਤ ਨਜ਼ਰ ਆਉਂਦੀ ਹੈ ਉਸ ਥੜੇ ਦੇ ਉੱਤੇ ਉਸਰਿਆ ਇੱਕ ਜਿਹੜਾ ਹੈ ਉਹ 6 ਮੰਜ਼ਿਲਾ ਜੋ ਬਣਿਆ ਹੋਇਆ ਉਹ ਇੱਕ ਢਾਂਚਾ ਹੈ। ਉਹ ਇੱਕ ਉਹਦਾ ਨਾਂ ਪਹਿਲਾਂ ਅਕਾਲ ਬੁੰਗਾ ਹੋਇਆ ਕਰਦਾ ਸੀ ਕਿਉਂਕਿ ਉਹ ਥੜੇ ਦੇ ਪਿਛਲੇ ਪਾਸੇ ਸੀਗਾ, ਔਰ ਉੱਥੇ ਜਿਹੜੇ ਅਕਾਲ ਤਖ਼ਤ ਦੇ ਪੁਜਾਰੀ ਅਤੇ ਹੋਰ ਜਿਹੜੇ ਆ ਸੇਵਾਦਾਰ ਰਿਹਾ ਕਰਦੇ ਸਨ, ਇਸ ਕਰਕੇ ਉਹਨੂੰ ਅਕਾਲ ਬੁੰਗਾ ਕਹਿੰਦੇ ਸੀ। ਤੋ ਜਿਹੜੀ ਅਕਾਲ ਤਖ਼ਤ ਦਾ ਥੜਾ ਜਿਹੜਾ ਹੈ ਉਹਦੇ ਬਾਰੇ ਜਿਹੜਾ ਇਹ ਸਾਰੇ ਦਾ ਸਾਰਾ ਡਰਾਮਾ ਜਿਹੜਾ ਹੈ ਇਸ ਨੂੰ 1840 ਦੇ ਵਿੱਚ ਕੀਤਾ ਗਿਆ, ਜਦੋਂ ਗੁਰਮੁਖ ਸਿੰਘ ਜਿਹੜਾ ਗਿਆਨੀ ਸੰਤ ਸਿੰਘ ਦਰਬਾਰ ਸਾਹਿਬ ਦੇ ਗ੍ਰੰਥੀ ਨਿਰਮਲਾ ਗ੍ਰੰਥੀ ਜਿਹੜਾ ਸੀਗਾ, ਸੂਰਤ ਸਿੰਘ ਦਾ ਪੁੱਤਰ ਸੰਤ ਸਿੰਘ ਅਤੇ ਸੰਤ ਸਿੰਘ ਦਾ ਪੁੱਤਰ ਗੁਰਮੁਖ ਸਿੰਘ, ਇਹਨੇ ਜਿਹੜਾ ਇਸ
ਕਿਉਂਕਿ ਅਕਾਲ ਤਖ਼ਤ ਦਾ ਇੱਥੇ ਇੱਕ ਥੋੜ੍ਹਾ ਬੁੰਗਾ ਬਣਾਇਆ ਸੀ, ਉਹਦੇ 'ਚ ਰਹਿੰਦਾ ਸੀਗਾ, ਉਦੋਂ ਥਾਂ ਦੀ ਮਹਾਨਤਾ ਇਹਨੇ ਬਣਾਉਣ ਵਾਸਤੇ ਇਹਦਾ ਨਾਂ ਅਕਾਲ ਤਖ਼ਤ ਡੈਕਲੇਅਰ ਕਰ ਦਿੱਤਾ। ਅਦਰਵਾਈਜ਼ ਅਕਾਲ ਤਖ਼ਤ ਕੋਈ ਚੀਜ਼ ਨਹੀਂ ਹੈ। ਤੁਸੀਂ ਕਹੋਗੇ ਵੀ ਇੱਥੇ ਜਿਹੜੇ ਸਰਬੱਤ ਖਾਲਸਾ ਦੇ ਇਕੱਠ ਹੋਇਆ ਕਰਦੇ ਸੀ, ਹਾਂ ਹੋਇਆ ਕਰਦੇ ਸੀਗੇ, ਇੱਥੇ ਜਿਹੜੀਆਂ ਖਾਲਸਾ ਫੌਜਾਂ ਸੀ, ਦਲ ਖਾਲਸਾ ਦੇ ਮੁਖੀ ਬੈਠ ਕੇ ਇਸ ਥਾਂ 'ਤੇ ਵਿਚਾਰ ਕਰਿਆ ਕਰਦੇ ਸਨ। ਉਹ ਅਕਾਲ ਤਖ਼ਤ ਦੇ ਇਕੱਠ ਨਹੀਂ ਸਨ, ਉਹ ਇਸ ਥਾਂ ਦੇ ਉੱਤੇ ਹੁੰਦੇ ਸਨ ਜਿਹੜੇ ਕਿ ਅਕਾਲ ਬੁੰਗੇ ਦੇ ਸਾਹਮਣੇ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਜਿਹੜਾ ਹੁਣ ਵੀ ਖਾਲੀ ਥਾਂ ਉੱਥੇ ਇਕੱਠ ਹੋਇਆ ਕਰਦੇ ਹਨ। ਸੋ ਉਹ ਗਲਤ ਗੱਲ ਨਹੀਂ ਹੈ ਵੀ ਇੱਥੇ ਇਕੱਠ ਨਹੀਂ ਹੋਇਆ ਕਰਦੇ ਸੀ, ਅਕਾਲ ਤਖ਼ਤ ਦੇ ਨਾਂ ਦੇ ਨਾਂ 'ਤੇ ਇਕੱਠ ਹੋਇਆ ਕਰਦੇ ਸੀ ਇਸ ਜਗ੍ਹਾ ਵਿੱਚ, ਉਹ ਅਕਾਲ ਤਖ਼ਤ ਦੇ ਇਕੱਠ ਨਹੀਂ ਸਨ। ਤੋ ਜਿਹੜੀ ਗੱਲ ਮੈਂ ਕਰ ਰਿਹਾ ਵੀ 1840 ਵਿੱਚ ਇਸਨੇ ਗੁਰਬਿਲਾਸ ਪਾਸੇ 6ਵੀਂ ਲਿਖ ਕੇ ਇਸ ਗੁਰਮੁਖ ਸਿੰਘ ਨੇ, ਇਹਦੇ ਨਾਲ ਦੂਜਾ ਰਾਈਟਰ ਦਰਬਾਰਾ ਸਿੰਘ ਸੀ ਜਿਹੜਾ ਨਿਰਮਲਾ ਸੀ ਇਸੇ ਦਾ, ਉਹ ਦਰਬਾਰ ਸਾਹਿਬ ਦਾ ਗ੍ਰੰਥੀ ਸੀ, ਇਹ ਅਕਾਲ ਤਖ਼ਤ ਦਾ ਗ੍ਰੰਥੀ ਸੀਗਾ, ਇਸ ਬਿਲਡਿੰਗ ਦਾ ਗ੍ਰੰਥੀ ਸੀਗਾ। ਸੋ ਇਹਨਾਂ ਦੋਨਾਂ ਨੇ ਮਿਲ ਕੇ ਅਤੇ ਗੁਰਬਿਲਾਸ ਪਾਸੇ 6ਵੀਂ ਲਿਖੀ ਅਤੇ ਚਲਾਕੀ ਕਰਨੀ ਇਹ ਲਿਖਤਾ ਵੀ 1718 ਸਾਲ 'ਚ ਲਿਖੀ ਗਈ ਹੈ 1840 ਦੀ। ਇਹਦੇ 'ਚ ਇਹਨਾਂ ਨੇ ਇੱਕ ਤਾਰੀਖ ਦੇ ਦਿੱਤੀ ਵੀ ਇਹ ਜਿਹੜਾ ਅਕਾਲ ਤਖ਼ਤ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਨੀਂਹ ਰੱਖੀ ਸੀ, ਉਹ ਹਾੜ ਜਿਹੜਾ ਹਾੜ ਵਧੀ 5/1663, ਹਾੜ ਵਧੀ 5/1663 ਜਿਹੜੀ ਹੈ, ਆਪਾਂ ਜੇ ਗ੍ਰੈਗੋਰੀਅਨ ਕੈਲੰਡਰ ਤੋਂ ਪਹਿਲਾਂ ਜਿਹੜਾ ਚੱਲਦਾ ਹੁੰਦਾ ਸੀਗਾ ਕੈਲੰਡਰ, ਉਸ ਕੈਲੰਡਰ ਦੇ ਹਿਸਾਬ ਨਾਲ ਦੇਖੀਏ ਜੇਕਰ ਜੂਨੀਅਰ ਕੈਲੰਡਰ ਤਾਂ ਫਿਰ 15 June 1606 ਬਣਦੀ ਹੈ। ਹੁਣ ਇਹਨੂੰ ਹੀ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਅਕਾਲ ਤਖ਼ਤ ਦਾ ਪ੍ਰਗਟ ਦਿਨ ਪਹਿਲਾਂ ਅਤੇ ਸਥਾਪਨਾ ਦਿਨ ਕਹਿੰਦੇ ਸੀ, ਜਦੋਂ ਮੇਰਾ ਆਰਟੀਕਲ ਛਪਿਆ ਵੀ ਅਕਾਲ ਤਖ਼ਤ ਦਾ ਪ੍ਰਗਟ ਕੀਤਾ ਗਿਆ, ਹੋ ਸਕਦਾ ਥਾਪਿਆ ਨਹੀਂ ਹੋ ਸਕਦਾ, ਤੋ ਇਹਨਾਂ ਨੇ ਅਕਾਲ ਤਖ਼ਤ ਪ੍ਰਗਟ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ। ਤੋ ਉਹ ਇਹ ਮਨਾਉਂਦੇ 15 June ਨੂੰ ਹਾੜ ਵਧੀ 5 ਦੇ ਹਿਸਾਬ ਦੇ ਨਾਲ, 15 June ਦਾ ਹਿਸਾਬ ਪਰ 15 June 'ਚ ਕੱਢ ਕੇ ਅਤੇ ਹਾੜ ਵਧੀ ਦੇ ਹਿਸਾਬ ਨਾਲ, ਜੇ ਪੁਰੇਵਾਲ ਨੇ ਆਪਣਾ ਕੈਲੰਡਰ ਜਿਹੜਾ ਸੀ ਉਹਦੇ ਹਿਸਾਬ ਨਾਲ ਬਣਾਇਆ ਅਤੇ ਹੋਰ ਤਰੀਕ ਕਰ ਦਿੱਤੀ। ਸੋ ਇਸ ਤਰ੍ਹਾਂ ਮਨਾਉਣ ਲੱਗ ਪਏ, ਜਦਕਿ ਇਹ ਗੱਲ ਤਾਰੀਖ ਗਲਤ ਹੈ, ਕਿਉਂਕਿ ਜੇਕਰ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਦੇਖੋ ਤਾਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਜਿਹੜੀ ਹੈ 30 May 1606 ਦੀ ਹੈ, ਔਰ ਉਸ ਤੋਂ ਬਾਅਦ 4 June ਨੂੰ, ਕਿਉਂਕਿ ਜਹਾਂਗੀਰ ਨੇ ਹੁਕਮ ਕੀਤਾ ਸੀਗਾ ਵੀ ਇਸ ਨੂੰ ਸ਼ਹੀਦ ਕੀਤਾ ਜਾਏ ਗੁਰੂ ਅਰਜਨ ਸਾਹਿਬ ਨੂੰ, ਔਰ ਇਹਦਾ ਬਾਲ ਬੱਚਾ ਜਾਂ ਅਤੇ ਸਵਾਲ ਸਮਾਨ ਜਿਹੜਾ ਉਹ ਜ਼ਬਤ ਕਰ ਲਿਆ ਜਾਏ, ਇਹ ਮਹਿਸੂਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਪਤਨੀ ਅਤੇ ਔਰ ਗੁਰੂ ਅਰਜਨ ਸਾਹਿਬ ਦੀ ਪਤਨੀ ਮਾਤਾ ਗੰਗਾ, ਔਰ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਛੋਟੀ ਉਮਰ ਦੇ ਸੀਗੇ, ਗੁਰੂ ਹਰਗੋਬਿੰਦ ਸਾਹਿਬ ਗੁਰੂ ਅਮ੍ਰਿਤ ਸਾਹਿਬ ਦੀ ਪਤਨੀ ਦੇ ਮੋਦਰੀ, ਅਤੇ ਇਹ ਸਾਰੇ ਦੇ ਸਾਰੇ ਜਿਹੜੇ ਆ ਉੱਥੋਂ ਚਲੇ ਗਏ ਆ ਜੰਗਲ ਦੇਸ਼ 'ਚ ਆਪਣੀ ਸੇਫਟੀ ਵਾਸਤੇ। ਸੋ ਆਪਣੀ ਮਾਤਾ ਪਤਨੀ ਦਮੋਦਰੀ ਦੇ ਨਾਲ ਇਹ ਜਾ ਕੇ ਇੱਥੇ ਡਰੋਲੀ ਪਾਈ ਪਿੱਟ ਰਹੇ ਆ, ਮੋਗੇ ਦੇ ਕੋਲ ਥੋੜ੍ਹੇ ਜਿਹਾ ਅੱਗੇ ਜਾ ਕੇ ਡਗਰੂ ਹੈ, ਡਗਰੂ ਤੋਂ ਰਸਤਾ ਮੁੜਦਾ, ਔਰ ਡਰੋਲੀ ਪਾਈ ਜਿਹੜਾ ਉਹਦੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਆ 1607 ਤੱਕ ਰਹੇ ਆ, 4 June 1606 ਤੋਂ ਲੈ ਕੇ 1707 ਤੱਕ ਉੱਥੇ ਜਾ ਕੇ ਬਾਅਦ 'ਚ ਗੁਰਦਿੱਤੇ ਦਾ ਜਨਮ ਹੁੰਦਾ, ਕਿਉਂਕਿ ਗੁਰੂ ਸਾਹਿਬ ਆਪ ਤਾਂ ਆ ਗਏ ਨੇ ਦਸੰਬਰ 'ਚ, ਪਰ ਗੁਰਦਿੱਤਾ ਜਿਹੜਾ ਉੱਥੇ ਹੋਇਆ ਕਿਉਂਕਿ ਮਾਤਾ ਦਮੋਦਰੀ ਉੱਥੇ ਰਹੇ ਸਨ ਕਿਉਂਕਿ ਉਹ ਪ੍ਰੈਗਨੈਂਟ ਸਨ। ਸੋ ਇਸ ਕਰਕੇ ਇਹ ਤਾਂ ਗੱਲ ਬਿਲਕੁਲ ਗੱਪ ਹੈ ਕਿ ਜਿਹੜਾ 15 June 1606 ਦੇ ਦਿਨ ਇਸ ਦੀ ਕੋਈ ਨੀਂਹ ਰੱਖੀ ਗਈ ਜਾਂ ਜਿਹੜਾ ਢਾਂਚਾ ਵੀ ਸੀਗਾ, ਸੋ ਇਸ ਗੱਲ ਨੂੰ ਮੰਨਿਆ ਨਹੀਂ ਜਾ ਸਕਦਾ ਕਿਸੇ ਤਰੀਕੇ ਨਾਲ ਵੀ। ਮੈਨੂੰ ਯਾਦ ਹੈ ਕਿ ਇਸ ਗੱਲ ਹੋਈ ਕਿਵੇਂ ਹੈ ਵੀ ਇਸ ਤਾਰੀਖ ਨੂੰ ਮਿੱਥਿਆ ਗਿਆ ਕਿਵੇਂ ਹੈ, ਜਦੋਂ ਇਹ ਪੁਰੇਵਾਲ ਦਾ ਕੈਲੰਡਰ ਬਣ ਰਿਹਾ ਸੀਗਾ ਤਾਂ ਇਹਦੇ ਵਿੱਚ ਜਿਹੜੀ ਅਸੀਂ ਹਿਸਟਰੀ ਦੀਆਂ ਡੇਟਸ ਜਿਹੜੇ ਸੀ ਉਹਦੇ ਵਾਸਤੇ ਚਰਚਾ ਕਰਨ ਵਾਸਤੇ ਮੈਂ ਉਹਨਾਂ ਦਿਨਾਂ 'ਚ ਇੰਡੀਆ 'ਚ ਸੀਗਾ, ਮੁਹਾਲੀ 'ਚ ਰਹਿ ਰਿਹਾ ਸੀ, 26/26 ਫੇਸ 7 'ਤੇ ਸੀ, ਤੋ ਮੈਨੂੰ ਡਾਕਟਰ ਦਰਸ਼ਨ ਸਿੰਘ ਇਸ ਕਮੇਟੀ ਦੇ ਚੇਅਰਮੈਨ ਸਨ, ਉਹਨਾਂ ਕਿਹਾ ਵੀ ਸਾਨੂੰ ਇਤਿਹਾਸਕਾਰ ਵੀ ਚਾਹੀਦਾ ਜਿਹੜਾ ਇਹਦੇ 'ਚ ਬੈਠ ਕੇ ਅਤੇ ਵਿਚਾਰਾ ਕਰੇ। ਤੋ ਇੱਕ 5 ਜਣੇ ਉਸ ਮੀਟਿੰਗ 'ਚ ਬੈਠੇ ਸਨ, ਡਾਕਟਰ ਦਰਸ਼ਨ ਸਿੰਘ, ਡਾਕਟਰ ਕਿਰਪਾਲ ਸਿੰਘ, ਡਾਕਟਰ ਖੜਕ ਸਿੰਘ,
ਹਰਜਿੰਦਰ ਸਿੰਘ ਦਲਗੀਰ ਅਤੇ ਅਨੁਰਾਗ ਸਿੰਘ। ਅਨੁਰਾਗ ਸਿੰਘ ਦਾ ਘਰ ਸੀਗਾ ਲੁਧਿਆਣੇ ਵਿੱਚ ਦੁਗਰੀ ਰੋਡ 'ਤੇ, ਜਿਹੜਾ ਅਰਬਨ ਅਸਟੇਟ ਬਣੀ, ਉੱਥੇ ਅਸੀਂ ਸਾਰੇ ਜਣੇ ਬੈਠੇ ਸਾਂ। ਉੱਥੇ ਤਾਰੀਖਾਂ ਕਰਦਿਆਂ ਕਰਦਿਆਂ ਡਾਕਟਰ ਦਰਸ਼ਨ ਸਿੰਘ ਕੋਲ ਗਲਤੀ ਹੋਈ ਅਤੇ ਉਹ ਬਈ ਇਹ ਤਾਰੀਖ ਕੀ, ਉਹਨਾਂ ਨੇ ਕਿਹਾ ਵੀ ਹਾੜ ਵਧੀ 5 ਅਤੇ 15 ਜੂਨ, ਕਿਉਂਕਿ ਹੋਰ ਕੁਛ ਤਾਰੀਖ ਨਹੀਂ, ਚਲੋ ਇਹੀ ਮੰਨ ਲਓ। ਅੰਨਾ ਕਿ ਇਤਿਹਾਸ ਦਾ ਤਰੀਕਾ ਨਹੀਂ ਹੈ, ਹਿਸਟੋਰੀਓਗ੍ਰਾਫੀ ਇਹ ਨਹੀਂ ਕਹਿੰਦੀ ਵੀ ਜੇ ਤੁਹਾਨੂੰ ਕੋਈ ਹੋਰ ਡੇਟ ਨਹੀਂ ਮਿਲਦੀ ਤਾਂ ਉਹੀ ਮੰਨ ਲਓ, ਕਿਉਂਕਿ ਜਿਸ ਤਰ੍ਹਾਂ ਮੈਂ ਦੱਸ ਕੱਟਿਆ ਵੀ ਉਹ 1.5 ਸਾਲ ਤੱਕ ਗੁਰੂ ਸਾਹਿਬ ਜਿਹੜੇ ਡੋਲੀ ਬਚ ਰਹੇ ਨੇ, ਅਤੇ ਇਸ ਕਰਕੇ ਉਹ ਅੰਮ੍ਰਿਤਸਰ ਵਿੱਚ ਗੁਰੂ ਦਾ ਚੱਕੇ 'ਚ ਕੋਈ ਵੀ ਜਿਹੜੀ ਹੈ ਇਮਾਰਤ ਜਾਂ ਕਿਸੇ ਤਰ੍ਹਾਂ ਦੀ ਐਕਟੀਵਿਟੀ ਦੀ ਨੀਂਹ ਵਗੈਰਾ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੇ। ਸੋ ਇਹ ਤਾਰੀਖ ਝੂਠੀ ਹੈ, ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਸਪਸ਼ਟ ਕਰਕੇ ਹਟਿਆ ਵੀ ਅਕਾਲ ਤਖਤ ਦਾ ਸਿਧਾਂਤ ਹੈ ਕੋਈ ਇਮਾਰਤ ਨਹੀਂ ਹੈ। ਜਿਹੜਾ ਅੱਜ ਕੱਲ੍ਹ ਅਕਾਲ ਮੂੰਗੇ 'ਤੇ ਪੁਜਾਰੀ ਬੈਠੇ ਨੇ, ਇਹਨਾਂ ਨੇ ਆਪਣੇ ਆਪ ਨੂੰ ਜਥੇਦਾਰ ਜਿਹੜਾ ਆਖਣਾ ਸ਼ੁਰੂ ਕਰ ਦਿੱਤਾ ਹੈ, ਅਤੇ ਅਖੌਤੀ ਤੌਰ 'ਤੇ ਸਿੰਘ ਸਾਹਿਬ ਵੀ ਕਹਿੰਦੇ ਆ ਸਾਰਾ ਸਿੱਖ ਸਿਧਾਂਤਾਂ ਦੇ ਉਲਟ ਹੈ। ਤੋ ਫਿਰ ਮੈਂ ਕਲੀਅਰ ਕਰਦਿਆਂ ਵੀ ਅਕਾਲ ਤਖਤ ਸਿਧਾਂਤ ਹੈ, ਇਮਾਰਤ ਨਹੀਂ। ਇਹ ਇਮਾਰਤ ਅਕਾਲ ਮੂੰਗਾ ਹੈ, ਔਰ ਇਹ ਦੀ ਨਹੀਂ 15 ਜੂਨ 1906 ਦੀ ਨਹੀਂ ਰੱਖੀ ਹੋਈ। ਜੇ ਗੁਰੂ ਸਾਹਿਬ ਨੇ ਥਲਾ ਵੀ ਬਣਾਇਆ ਸੀਗਾ ਤਾਂ ਉਹ 15 ਜੂਨ 1906 ਦਾ ਨਹੀਂ ਹੋ ਸਕਦਾ, ਦਸੰਬਰ 1607 'ਚ ਮੁੜਦੇ ਨੇ। ਅਤੇ ਜੇ ਕੋਈ ਹੋ ਸਕਦੀ ਹੈ ਅਤੇ ਜੇਕਰ ਹਾੜ ਦੇ ਵੀ ਕੋਈ ਅੰਦਾਜ਼ਾ ਇਹਨਾਂ ਨੂੰ ਲਾਇਆ ਹੋਵੇ ਕਿ ਤੋ ਸੁਣੀ ਸੁਣਾਈ ਗੱਲ ਕਰ ਦਿੱਤੀ ਹੋਵੇ, ਤਾਂ ਫਿਰ ਉਹ ਜੁਲਾਈ 1608 ਬਣ ਸਕਦੀ ਹੈ। ਸ਼ੁਕਰੀਆ।